ਹਾਂਜੀ, ਕਿੱਦਾਂ ਕੀ ਹਾਲ ਚਾਲ ਬਈ? ਸਤਿ ਸ਼੍ਰੀ ਅਕਾਲ ਜੀ। ਆਸ ਕਰਦੇ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਵਲੌਗ। ਸੋ ਇਹ ਟਾਈਮ ਜਿਹੜਾ ਹੋ ਗਿਆ ਕਿੰਨਾ ਜਿੰਨਾ ਕੱਲ੍ਹ ਹੋਇਆ ਸੀ? ਕੱਲ੍ਹ ਕਿੰਨਾ ਹੋਇਆ ਸੀ? 6:15। ਸਵਾ 6 ਆ ਵੇਖੋ, ਲਾ ਤਾ ਨਾ ਪਾਣੀ, ਹੁਣ ਨਿਕਲਣਗੇ ਮੇਥੇ ਨਾ ਬਈ ਯਾਰ। ਗਰਮੀ ਕਰਕੇ ਨਾ ਉੱਗਰਦੇ ਸੀਗੇ, ਨੱਚ ਜਾਂਦੇ ਉੱਗਰਦੇ ਨੱਚ ਜਾਂਦੇ ਯਾਰ। ਡੈਡੀ ਨੇ ਕੱਲ੍ਹ ਬੀਜੀਆਂ ਨੀ ਆ, ਸਲਾਬ ਚੜ ਗਈ ਹੈ ਨਾ। ਆ ਇਹਦੇ ਚ ਲਾਵਾਂਗੇ ਆਲੂ, ਉਹ ਲਾ ਤੀ ਮੇਥੀ, ਉਹ ਪਰਾਂ ਵੀ ਮੇਥੀ ਲਾਵਾਂਗੇ। ਇੱਧਰ ਤਾਂ ਉੱਗਰਿਆ ਆ ਧਨੀਆ, ਫਿਰ ਸ਼ਲਗਮ ਲਾਇਆ, ਫਿਰ ਚੁਕੰਦਰ ਲਾਇਆ, ਆਹ ਸਾਗ ਲਾਇਆ ਵਿਆ, ਉਹ ਗੰਢੇ ਲਾਏ ਵਿਆ, ਆਹ ਮਿਰਚਾਂ ਲਾਂਗਾ ਵਾਂਗਾ। ਫਿਰ ਪਤਾ ਨੀ, ਪਤਾ ਨੀ ਤੈਨੂੰ ਜਾ ਤੇਰੇ ਇੰਨਾ ਪਤਾ, ਪਰ ਐਂ ਜਗ੍ਹਾ 'ਚ ਨਹੀਂ ਸੀ ਪਤਾ ਵੀ ਕਿੱਥੇ ਕੀ ਲੱਗਿਆ ਕਿੱਥੇ। ਇੰਨਾ ਧਿਆਨ ਰੱਖਿਆ ਕਰ। ਹਾਂ, ਅਤੇ ਮੂਲੀਆਂ ਬਈ ਆਪਾਂ ਜਿਹੜੀਆਂ ਕੱਲ੍ਹ ਗੁੱਡ ਕੇ ਤਰਪਾਲੀ ਤਰਪੂਲੀ ਮਾਰਤੀ ਸੀਗੀ, ਅੱਜ ਲਾਵਾਂਗੇ ਇਹਨਾਂ ਨੂੰ ਮਿੱਟੀ। ਅਤੇ ਬਾਕੀ ਅੱਜ ਜਿਹੜਾ ਡੈਡੀ ਨੇ ਨਾ ਜਾਣਾ ਹੋਇਆ, ਕਿਉਂਕਿ ਡੈਡੀ ਥੋੜ੍ਹਾ ਜਿਹਾ ਕੰਮ ਸੀਗਾ ਬਾਜ਼ਾਰ ਜਾਣਾ ਗਾ, ਅਤੇ ਜੇ ਨਾ ਜਾਣਾ ਹੋਇਆ ਫਿਰ ਤਾਂ ਇਹਦੀਆਂ ਵੱਟਾਂ ਪਾ ਦਿਆਂਗੇ ਅੱਜ ਮੂਲੀਆਂ ਵਾਲੀਆਂ, ਨਹੀਂ ਫਿਰ ਕੱਲ੍ਹ ਤੇ ਗਈ ਗੱਲ ਮਾਰਨਾ ਬਈ ਯਾਰ। ਨਾ ਨਾ ਬੈਟਰੀ ਦੇ ਵਿੱਚ ਆਹ ਗਾ, ਆ ਬੈਟਰੀ ਵਧੀਆ, ਮਤਲਬ ਇਹਨੇ ਫਲੈਸ਼ਰ ਵਾਲੀ ਆ। ਚੰਗੇ ਉਦੋਂ ਬੰਦਿਆਂ ਨੂੰ ਮਾੜੇ ਟਾਈਮ ਆਉਣ ਦਾ ਪਤਾ ਲੱਗ ਜਾਂਦਾ ਸੀਗਾ, ਪਰ ਅੱਜ ਕੱਲ ਤਾਂ ਸਾਲਾ ਪਤਾ ਨੀ ਲੱਗਦਾ। ਇਹਨੂੰ ਬੰਦ ਕਰਦੇ, ਤੇ ਆਹ ਆਪਾਂ ਤਰਪਾਲੀ ਮਾਰ ਕੇ ਰੱਖੀ ਪਈ ਹੈਗੀ, ਇਹਨੂੰ ਹੁਣ ਲਾਵਾਂਗੇ ਮਿੱਟੀ। ਪਰ ਇਹਦੇ ਤੋਂ ਪਹਿਲਾਂ ਆਪਾਂ ਹਜੇ ਹੋਰ ਸੈਰ ਕਰਕੇ ਆਵਾਂਗੇ। ਤਾਜੂ ਦੇ ਨਾ ਅੱਜ ਮੈਂ ਨਾ ਹਜੇ ਤਾਜੂ ਰੋਣ ਲਾ ਤੀ ਬਈ ਤੜਕੇ ਤੜਕੇ ਮੇਰੀ ਵਜ੍ਹਾ ਕਰਕੇ, ਯਾਰ ਬੰਦ ਹੀ ਨੀ ਹੁੰਦੀ ਇਹ ਹਲ। ਤਾਜੂ ਨਾ ਪਈ, ਮੈਂ ਤਾਜੂ ਦੇ ਜਾ ਕੇ ਨਾ ਕਰਨ ਲੱਗ ਗਿਆ। ਤਾਜੂ ਲੱਗ ਪਈ ਰੋਣ, ਮੈਂ ਕਿਹਾ ਪੁੱਤ ਬਚ ਕਰ, ਕਿਉਂ ਤੂੰ ਮੈਨੂੰ ਤੜਕੇ ਗਾਣਾ ਦਵਾਉਣਾ? ਉਧਰੋਂ ਮੈਂ ਕਿਹਾ ਤੇਰੀਆਂ ਭੂਆ ਵਰਗੀਆਂ ਉੱਠ ਖੜਨ, ਉਹ ਕਹਿਣਗਾ ਦਿਲ ਖੁਸ਼ ਤੂੰ ਤੜਕੇ ਨੀ ਟਿਕਦਾ, ਰੌਲਾ ਹੀ ਰੌਲਾ ਹੀ ਰੌਲਾ ਹੀ ਪਾਈ ਜਾਂਦਾ ਗਾ। ਲੈ ਮੰਮੀ ਕਹਿੰਦੀ ਨਾ ਬਾਹਰ ਜਾਣ ਲੱਗੀ ਨਾ ਜਿੰਦਰਾ ਲਾ ਜਾ ਕਰ, ਉਹ ਸੁੱਤੀ ਉੱਠੀ ਸੀਗੀ ਬਈ ਤਾਂ ਕਰਕੇ ਸੀਗੀ, ਫਿਰ ਮੈਂ ਉਹਨੂੰ ਕਰਨ ਲੱਗ ਗਿਆ। ਹੈ ਮੇਰਾ ਪੁੱਤ ਕੱਛੂ ਜਾ ਨੋਣਾ ਜਾ ਕੀ ਕਰੀ ਜਾਂਦਾ ਸੀ, ਫਿਰ ਲੱਗ ਗਈ ਦੰਦ ਕੱਢਣ। ਮੈਂ ਕਿਹਾ ਵਾਹ ਨੀ ਤਾਜ ਵਤਨ ਕੌਰੇ, ਮੈਂ ਵੱਡੀ ਹੋਈ ਨਾ ਇਹ ਜਿਹਾ ਐਟੀਟਿਊਡ ਜਿਹਾ ਰੱਖਿਆ ਕਰੀ, ਮਾੜਾ ਜਿਹਾ ਤਾਂ ਰੱਖਿਆ ਗਿਆ ਉਹ ਵੱਡੀ ਹੋਈ ਤਾਂ ਮੈਂ ਕਿਹਾ ਮਾੜਾ ਜਿਹਾ ਐਟੀਟਿਊਡ ਰੱਖਿਆ ਕਰੀ, ਕਿਤੇ ਆਈ ਨਾ ਸਿਧਰਿਆਂ ਨੂੰ ਮਾੜਾ ਜਿਹਾ ਕੋਈ ਕਹਿਦਾ ਕਰੇ ਰੋਣ ਲੱਗ ਜਾ ਕਦੇ, ਉਹ ਤਾਂ ਮੁੜ ਕੇ ਬੁਲਾ ਲਿਆ ਫਿਰ ਹੀ। ਉੱਧਰ ਡੈਡੀ ਵੀ ਆ ਗਿਆ, ਹੁਣ ਰੀਚਾਰਜ ਹੋਣਗੇ ਨਾ, ਚਾਰਜ ਹੋਣਗੇ ਕਿਉਂਕਿ ਚਾਰਜ ਮੁੱਕਿਆ ਵੀ ਹੋਣਾ ਰੀਲਾਂ ਰੂਲਾਂ ਦੇਖ ਕੇ, ਫਿਰ ਕਿਤੇ ਜਾ ਕੇ ਚਾਰਜ ਹੋਊ ਬੈਟਰੀ। ਜਿਹੜੇ ਪੈਰੀ ਆਪਾਂ ਘਰੇ ਗਏ ਸੀ ਉਸੇ ਪੈਰੀ ਆਪਾਂ ਵਾਪਸ ਆ ਗਏ, ਹੱਥ 'ਚ ਫੜ ਲਿਆ ਕੀ ਕਰਦ। ਇਹਦੇ ਨਾਲ ਆਪਾਂ ਕੋਈ ਬੰਦਾ ਨਹੀਂ ਵੱਢਣਾਗੇ, ਤਾਂ ਗੱਲ ਨਹੀਂ ਵੱਢਣਾ, ਇਹਦੇ ਨਾਲ ਬਸ ਇੱਕੋ ਕੰਮ ਕਰਨਾ, ਉਹ ਪਤਾ ਕੀ? ਦਾਤਨ ਵੱਢਣੀ ਆ ਬਈ ਯਾਰ, ਦਾਤਨ ਕਰਾਂਗੇ ਕਿਤੇ ਨਾ ਕਿਤੇ ਬਈ, ਦਾਤਨ ਵੀ ਕਰਨੀ ਚਾਹੀਦੀ ਆ। ਨੇਤੀ ਆ ਕੋਲਗੇਟ ਪੇਸਟ ਐਂ ਲੱਗੇ ਗਏ ਨਾ ਆਪਾਂ, ਪਹਿਲਾਂ ਯਾਰ ਲੋਕਾਂ ਦੇ ਦੰਦ ਹੋਣ ਵੇਖੋ, ਨਾਲੇ ਲੋਕ ਨਾ ਦੋ ਦੋ ਟਾਈਮ ਬਰੱਸ਼ ਕਰਦੇ, ਤਿੰਨ ਤਿੰਨ ਟਾਈਮ ਬਰੱਸ਼ ਕਰਦੇ ਆ, ਪਰ ਫਿਰ ਵੀ ਦੰਦ ਉਨੇ ਮਜ਼ਬੂਤ ਨਹੀਂ। ਸਾਫ ਤਾਂ ਗੰਨਾ ਕਹਿ ਦਿਓ ਕਿਸੇ ਨੂੰ, ਚੂਪਣ ਨੂੰ ਚੂਪਿਆ ਨਹੀਂ ਜਾਣਾ ਆਪਣੇ ਅਰਗਿਆਂ ਤੋਂ, ਲਾ ਲਓ ਨੌਜਵਾਨਾਂ ਤੋਂ। ਪਹਿਲਾਂ ਲੋਕ ਦਾਤਨਾ ਕਰਦੇ, ਨਿੰਮ ਦੀ ਕਰ ਲੈਂਦੇ ਸੀ ਹੈ ਨਾ, ਕਿੱਕਰ ਦੀ ਕਰ ਲੈਂਦੇ ਸੀਗੇ, ਅਤੇ ਉਹ ਚੀਜ਼ਾਂ ਵਧੀਆ ਸੀ, ਉਹਨਾਂ ਨਾਲ ਨਾ ਦੰਦ ਕਹਿੰਦੇ ਸਟਰੋਂਗ ਹੁੰਦੇ ਸੀਗੇ, ਅਤੇ ਉਦੋਂ ਆਪਣੇ ਦਾਦੇ ਲਾ ਲਓ ਦਾਦੀਆਂ ਹੈ ਨਾ, ਸੋ ਕਿੰਨੇ ਕਿੰਨੇ ਮੈਂ ਆਪਦੇ ਦਿੰਦੇ ਸੀ, ਮੇਰੇ ਦਾਦਾ ਦਾਦੀ ਫੁੱਲ ਗੰਨੇ ਗੁੰਨੇ ਝੂਪ ਲੈਂਦੇ ਸੀਗੇ, ਮਤਲਬ ਵਧੀਆ ਹੈ, ਅਤੇ ਨਾਲੇ ਏਜ ਵੀ ਉਹਨਾਂ 60+ ਹੋ ਗਈ ਸੀਗੀ, ਤਾਂ ਵੀ ਗੰਨੇ ਗੁੰਨੇ ਐਨ ਪੂਰੇ ਗਰੜ ਚੁਕੇ ਹੁੰਦੇ ਸੀਗੇ, ਅਤੇ ਅੱਜ ਕੱਲ੍ਹ ਨਹੀਂ ਚੁੱਪੇ ਜਾਂਦੇ ਗੇ। ਹੈ ਤਾਜੂ ਏ, ਹੈ ਪੁੱਤੂ ਬੁਖਾਰ ਹੋ ਗਿਆ ਤੈਨੂੰ ਏ, ਹੈ ਤਾਜ ਵਤਨ ਟਿਚ ਕਿਉਂ ਸਾਡੇ ਟਿਚ ਕਿਉਂ, ਅੱਜ ਘੱਟ ਹੱਸ ਰਹੀ ਆ ਹੈ ਨਾ, ਅੱਜ ਘੱਟ ਹੱਸ ਰਹੀ ਆ ਕਾਕੂ।
ਹੈ ਤਾਜੂ ਬਖਾਲ ਹੋਇਆ ਪਿਆ ਮੇਰੇ ਪੁੱਤ ਨੂੰ ਹਏ ਤੇ ਪਾਈ ਤੂੰ ਸਾਲਾ ਨੀਕਰ ਫਿਰਦਾ ਗਾ ਤੈਨੂੰ ਪਤਾ ਨੀ ਗਾ ਬੁਖਾਰ ਹੋਇਆ ਪਿਆ ਹੈ ਅੱਛਾ ਨੀਕਰ ਪਾਈ ਫਿਰਦਾ ਗਾ ਪੂਰੇ ਨੀ ਕੱਪੜੇ ਪਾਉਂਦਾ ਤੂੰ ਬੁਖਾਰ ਚ ਹੱਸੀ ਜਾਂਦੀ ਹੈ ਕਛਲੂ ਜਾ ਕੱਚੂ ਜਾ ਕੱਚੂ ਜਾ ਅੱਜ ਤੜਕੇ ਰੋ ਗਿਆ ਰੋ ਪਿਆ ਸੀਗਾ ਲੱਪੜ ਪੈ ਗਏ ਸੀਗੇ ਤੇਰੇ ਅੱਜ ਤੜਕੇ ਮੈਂ ਊਂ ਐਂ ਕਰਦੇ ਨੇ ਮਾਰਿਆ ਮਾੜਾ ਜਿਹਾ ਰੋ ਪੀ ਨਾਲ ਦੀ ਨਾਲ ਹੀ ਦੇ ਦਿਓ ਨਾ ਫਿਰ ਇਹਦੀ ਬੁਖਾਰ ਵਾਲੀ ਸ਼ੀਸ਼ੀ ਜਿਹੀ ਆ ਤੱਤੀ ਠੰਡੀ ਹੋ ਜਾਂਦੇ ਮੈਨੂੰ ਲਿਆ ਦੇ ਕੱਪ ਪਾਣੀ ਰਜਵਿੰਦਰ ਪੀ ਕੇ ਮੈਂ ਲੱਗਾ ਮਿੱਟੀ ਲਾਉਣ 6:00 ਬਈ 20 ਮਿੰਟ ਆ ਜਿਹੜੇ ਹੋ ਚੁੱਕੇ ਹੈਗੇ ਅਤੇ ਆਪਾਂ ਹੁਣ ਲਾਉਣ ਲੱਗਦੇ ਹਾਂਗੇ ਮਿੱਟੀ ਆਪਣੀਆਂ ਮੂਲੀਆਂ ਨੂੰ ਜਿਨ੍ਹਾਂ ਨੂੰ ਆਪਾਂ ਕੱਲ੍ਹ ਸੈਟਿੰਗ ਬੈਟਿੰਗ ਜੀ ਕਰੀ ਵੀ ਸੀਗੀ ਇੱਧਰ ਸਾਰੀ ਘਾਹ ਵਾਲੀ ਦਵਾਈ ਡੈਡੀ ਨੇ ਛਿੜਕਦੀ ਹੈਗੀ ਖਾਲ ਖੂਲ ਸਾਫ਼ ਹੋ ਜਾਣਗੇ ਖਾਲ ਵੀ ਪਿਛਲੇ ਸਾਲ ਦਾ ਹੀ ਆਪਣਾ ਕਰਿਆ ਹੋਇਆ ਨਾ ਹੁਣ ਜਿਵੇਂ ਜਿਵੇਂ ਵੱਤ ਆਈ ਜਾਊਗੀ ਨਾ ਖਾਲ ਦਾ ਵੀ ਉਨਾ ਉਨਾ ਟੁੱਟਾ ਐਨ ਵਧੀਆ ਘੜ ਸਵਾਰ ਕੇ ਵਧੀਆ ਖੁੱਲ੍ਹਾ ਡੁੱਲਾ ਬਣਾ ਦਾਂਗੇ ਇੱਧਰ ਲੈਣੀ ਵੀ ਸੈੱਟ ਕਰਾਂਗੇ ਅਤੇ ਇਹ ਹੁਣ ਆਪਾਂ ਵੇਖਦੇ ਹਾਂ ਕਿੰਨੇ ਚਿਰ 'ਚ ਲੱਗ ਜੂਗੀ 6:20 ਤਾਂ ਲੱਗੇ ਹੈਗੇ ਹੋ ਸਕਦਾ ਮੇਰੇ ਹਿਸਾਬ ਨਾਲ 7:00 ਤੋਂ ਪਹਿਲਾਂ ਲੱਗਣੀ ਚਾਹੀਦੀ ਆ ਕਿਉਂਕਿ 40 ਵੱਟਾਂ ਇੱਕ ਮਿੰਟ 'ਚ ਇੱਕ ਵੱਟ ਤਾਂ ਨਹੀਂ ਲੱਗਦੀ ਵੈਸੇ ਲੱਗ ਤਾਂ ਹੋ ਸਕਦਾ 40-45 ਮਿੰਟਾਂ 'ਚ ਇਹ ਦੋਨੇ ਖਾਲੀਆਂ ਲੱਗ ਕਿਆਰੀਆਂ ਲੱਗ ਜਾਣਗੀਆਂ ਸੋ ਲੱਗਦੇ ਫਿਰ ਬੋਲ ਕੇ ਵਾਹਿਗੁਰੂ ਤੇਰੇ ਆਸਰਾ ਦਾ ਤਾਂ ਕਰੀ ਭਲਾ ਅਤੇ ਲਾਉਣਿਆ ਫਿਰ ਸਿੱਧੂ ਮੂਸੇ ਵਾਲਾ 7:45 ਦਾ ਟਾਈਮ ਜਿਹੜਾ ਹੋ ਚੁੱਕਿਆ ਮੈਂ ਤੁਹਾਨੂੰ ਕਹੀ ਜਾਂਦੇ 40-45 ਮਿੰਟ ਲੱਗਣਗੇ ਪਰ ਨਹੀਂ ਇਹ ਤਾਂ ਜ਼ਿਆਦਾ ਟਾਈਮ ਲੱਗ ਗਿਆ 1.5 ਘੰਟਿਆਂ ਨੂੰ ਲੱਗ ਗਿਆ ਗਾ ਪਰ ਚਲੋ ਕੋਈ ਗੱਲ ਨਹੀਂ ਵਧੀਆ ਗਾ ਧੁੱਪ ਚੜ੍ਹਨ ਤੋਂ ਪਹਿਲਾਂ ਹੋ ਗਈ ਢੂਣੀ ਆਪਾਂ ਵੀ ਨਹੀਂ ਫਿਰ ਚੱਕੀ ਮੈਂ ਕਿਹਾ 2 ਕਿਆਰੀਆਂ ਲਾ ਕੇ ਢੂਣੀ ਚੱਕਣੀ ਇਹ ਦੱਬੀ ਤੁਰੀ ਅੱਗੇ ਕਿੱਲੀ ਅਤੇ ਲਓ ਵੀ ਹੁਣ ਇਹ ਤਾਂ ਹੋਏਗੀਆਂ ਬਹਾਰ 'ਚ ਮਤਲਬ ਕਿ ਫੁੱਲ ਸਿਰਾ ਕੰਮ ਹੋ ਗਿਆ ਇਹਨਾਂ ਤਾਂ ਖੁਰਾਕ ਖਰੂਕ ਇਹਨਾਂ ਨੂੰ ਚੰਗੀ ਮਿਲਦੀ ਹੈਗੀ ਅਤੇ ਬਸ ਹੁਣ ਇਹਨਾਂ ਨੇ ਫੱਟੇ ਹੀ ਚੱਕਣੇ ਆ ਬੱਬੂ ਦੇ ਵਿਆਹ ਵੇਲੇ ਨੂੰ ਸ਼ੇਰ ਬੱਗੂ ਹੋ ਜਾਓ ਤਿਆਰ ਪੱਟ ਕੇ ਵੇਚਣਗਾ ਫਿਰ ਇੱਥੇ ਡੀਜੇ ਲੱਗਣਗੇ ਇਸੇ ਕੋਰਨਰ 'ਤੇ ਜਿੱਥੇ ਮਿੱਟੀ ਲਈ ਆ ਅਤੇ ਹੁਣ ਇਹਦੇ 'ਚ ਵੀ ਬਸ ਪਹਿਲਾਂ ਉੱਧਰਲੀਆਂ ਮੂਲੀਆਂ ਲਾਵਾਂਗੇ ਬਈ ਜਿਹੜੀਆਂ 2 ਕਿਆਰੀਆਂ ਰਹਿੰਦੀਆਂ ਹੈਗੀਆਂ ਉਹਦੇ ਤੋਂ ਬਾਅਦ ਇਹਨੂੰ ਗੁੱਡਾਂਗੇ ਕਿਉਂਕਿ ਨਾ ਇਹ ਵਾਲੀ ਵੱਟ ਤਾਂ ਥੋੜ੍ਹੀ ਜਿਹੀ ਗਿੱਲੀ ਸੀਗੀ ਜੇ ਮਤਲਬ ਅੱਜ ਜਾਂ 1-2 ਦਿਨ ਹੋਰ ਧੁੱਪ ਲੱਗਦੀ ਫਿਰ ਵਧੀਆ ਬਣਦੀ ਫਿਰ ਤੁਹਾਨੂੰ ਡਰ ਸੀਗਾ ਯਾਰ ਮੀਂਹ ਮੂੰਹ ਦਾ ਤਾਂ ਕਰਕੇ ਤਾਂ ਉਹਦਾ ਚੇਪ ਤੀ ਜੇ ਸੁੱਕੀ ਹੋਵੇ ਮਿੱਟੀ ਲਾਉਣੀ ਵੀ ਸੌਖੀ ਆ ਹੁਣ ਅੱਜ ਵਾਲੀ ਮਿੱਟੀ ਨਾਲ ਜ਼ੋਰ ਵੀ ਬਹੁਤ ਲੱਗਿਆ ਪਰ ਜੇ ਇਹੀ ਕਿਤੇ ਥੋੜ੍ਹੀ ਜਿਹੀ ਹੁੰਦੀ ਹੈ ਨਾ ਆਪਣੀ ਸੁੱਕੀ ਭੁਰਭਰੀ ਹੁੰਦੀ ਹੋਰ ਫਿਰ ਛੇਤੀ ਲੱਗ ਜਾਂਦੀ ਤਾਂ ਲਓ ਹੁਣ ਦੁੱਧ ਦੱਧ ਪੀਗੇ ਫਿਰ ਪਸ਼ੂ ਡੰਗਰ ਨਵਾ ਕੇ ਫਿਰ ਨਾਲੇ ਆਪ ਦਵਾਈ ਲੈ ਕੇ ਆਵਾਂਗੇ ਜ਼ੁਕਾਮ ਲੱਗਿਆ ਪਿਆ ਗਾ ਨਾਲੇ ਦਵਿੰਦਰ ਨੂੰ ਦਵਾ ਲਿਆਵਾਂਗੇ ਜਿਹੜੀ ਇਹਦੀ ਹੈ ਨਾ ਉਹਦੇ B12 ਜਾਂ ਆਪਣੇ ਵਿਟਾਮਿਨ ਡੀ ਦੀ ਚਾਲਾ ਕੁੱਤੇ ਕੀ ਕਰੀ ਜਾਂਦਾ ਤੂੰ ਮੱਥੇ 'ਤੇ ਟਿੱਕਾ ਜਿਹਾ ਲਾ ਕੇ ਓਏ ਟਿੱਕਾ ਜਿਹਾ ਲਾ ਕੇ ਨੂਣਾ ਜਿਹਾ ਨੂਣਾ ਜਾ ਕੱਚੂ ਜਾ ਜਾਜਾ ਜਾਜਾ ਬੂੰਗਰੀ ਜਾ ਜਾਜਾ ਆ ਆ ਆ ਆ ਤਾਜੂ ਟਿਚਕਿਉਂ ਮੇਰਾ ਉੱਚੂ ਛੋਣਾ ਜਾ ਲਓ ਵੀ ਆਪਾਂ ਜਿਹੜਾ ਆਪਦਾ ਕੰਮ ਕਾਰ ਕਰ ਲਿਆਗਾ ਹੁਣ ਚੱਲਦੇ ਮਿੱਟੀ ਗਈ ਨਾ ਸੋਰੀ ਹੁਣ ਚੱਲਦੇ ਮੰਡੀ ਨਾਲੇ ਤਾਂ ਕਾਬ ਦੇ ਟੀਕਾ ਜਿਹਾ ਲਵਾਇਆ ਅੱਗੇ ਜੁਖਾਮ ਜਿਹੜਾ ਐਵੇਂ ਤਾਜੂ ਨੂੰ ਹੋ ਗਿਆ ਨਾ ਫਿਰ ਔਖਾ ਹੋ ਜਾਣਾ ਮੁਸ਼ਕਿਲ 'ਚ ਹੋ ਜਾਣਾ ਕੰਮ ਨਾਲੇ ਦਵਿੰਦਰ ਦੀ ਦਵਾਈ ਲਿਆ ਗਈ ਨਾਲੇ ਤਾਜੂ ਵਾਸਤੇ ਦਵਾਈ ਇਹਨੂੰ ਅੱਜ ਬੁਖਾਰ 'ਤੇ ਲੱਗਿਆ ਕਿ ਇਹਦੀ ਦਵਾਈ ਮੁੱਕੀ ਪਈ ਉਹ ਕਈ ਨਾ ਛਾਤੀ ਜੀ ਰੜਕਦੀ ਹੁੰਦੀ ਹੈਗੀ ਉਹ ਖੜਕਦੀ ਜੀ ਹੁੰਦੀ ਹੈ ਜਿੱਦਾਂ ਜੁਖਾਮ ਜਿਹੇ ਨਾਲ ਇੱਦਾਂ ਲੱਗਦਾ ਗਾ ਸੋ ਲਿਆ ਕੇ ਹੁਣ ਦਿੱਤੀਆਂ ਹੁਣ ਹੈ ਨਾ ਉਹ ਚੀਜ਼ਾਂ ਚੰਗੀਆਂ ਮੁੜ ਕੇ ਜਦੋਂ ਕੰਮ ਵੱਜੇ ਫਿਰ ਕੰਮ ਬਾਹਲਾ ਔਖਾ ਹੋ ਜਾਂਦਾ ਜੇ ਟਾਈਮ ਲੱਗਿਆ ਤਾਂ ਨਾਈ ਕੋਲ ਵੀ ਜਾਵਾਂਗੇ ਨਹੀਂ ਉਹ ਤਾਂ ਕੋਈ ਗੱਲ ਨਹੀਂ ਛੁੱਟੀ ਕਰ ਦਿਆਂਗੇ ਫਿਰ ਕਿਸੇ ਦਿਨ ਸਹੀ ਇੱਕ ਅੱਧੇ ਦਿਨ ਤਾਂ ਹੀ ਡੈਡੀ ਮੇਰੀ ਬੀਤੀ ਪਹਿਲਾਂ ਬੀਤੀ ਸਾਰੀ ਉਹ ਲੱਗਿਆ ਪਿਆ ਡੈਡੀ ਦਾ ਤਾਜੂ ਦੀ ਦਵਾਈ ਲਿਆਂਦੀ ਮੈਂ ਕਹਿੰਦਾ ਆਪ ਕਿਹਾ ਮੈਂ ਕਿਹਾ ਇੰਨਾ ਤਾਂ ਜੁਖਾਮ ਹੀ ਨਹੀਂ ਦਵਾਈ ਬਾਹਲੀ ਹੈਗੀ 3-3 ML ਕੋਈ 1.5-1.5 ML ਆ ਸਵੇਰੇ ਸ਼ਾਮ ਮੈਂ ਤਾਂ ਪਰਾਂ ਹੀ ਆ
ਨਹੀਂ ਨਹੀਂ 5 ml ਨਹੀਂ ਲਿਖਿਆ ਹੋਊ ਇਹਦੇ ਤੇ, 3 ml ਇਹਦੇ ਤੇ, ਇਹ 1 ਚਮਚਾ ਜਿਹਦੇ ਤੇ ਲਿਖਿਆ ਨੀ 1 ਚਮਚਾ ਲਾਲਾ ਬਸ। ਕਾਜੂ ਏ ਦਵਾਂਗਾ ਨਾ ਢਿੱਡ ਭਰ ਜੂ ਤਾਜ ਵਤਨ। ਤੇ ਦਵਿੰਦਰ ਨੂੰ ਕਹਿੰਦੇ ਨੇ ਡਾਕਟਰ ਸਾਹਿਬ ਵੀ ਟੀਕੇ ਲੱਗਣਗੇ ਉਹ 35-40 ਰੁਪਈਆਂ ਦਾ ਇੱਕ ਟੀਕਾ, 5 ਦਿਨ ਲਗਾਤਾਰ ਲੱਗਣਗੇ, 1 ਹਫ਼ਤੇ ਤੋਂ ਲੱਗਿਆ ਕਰੂਗਾ ਤੇ ਸਹੀ ਹੋ ਜੂਗਾ ਇਹ ਚੀਜ਼ ਜਿਹੜੀ। ਕਾਜੂ ਮਿੱਠੀ ਆ ਦਵਾਈ ਕੇ ਕੌੜੀ ਆ ਪੁੱਤ ਓਏ, ਆ ਆ ਮੈਂ ਕਿਹਾ ਸੀਗਾ, ਮੈਂ ਕਿਹਾ ਬਾਈ ਮੈਂ ਲੈ ਜਾ ਮੈਂ ਘਰੇ ਲਾ ਦੂੰ, ਕਹਿੰਦਾ ਨਹੀਂ ਨਹੀਂ, ਕਹਿੰਦਾ ਪੱਕ ਗਿਆ ਨਾ, ਕਹਿੰਦਾ ਉਹ ਕਰੜੇ ਹੁੰਦੇ ਟੀਕੇ, ਕਹਿੰਦਾ ਇੱਥੋਂ ਲਵਾ ਕੇ ਲੈ ਜਾ ਕਰੀ। ਮੈਂ ਕਿਹਾ ਠੀਕ ਆ, ਆ ਕੱਛੂ ਰਾਮ ਵੇਖੋ ਕਿਵੇਂ ਦਵਾਈ ਪੀਂਦਾ, ਤਾਜੂ ਨੂੰ ਦਵਾਈ ਦਵਾ ਕੇ। ਤਾਜੂ ਨੂੰ ਅੱਜ ਬੁਖਾਰ ਚੜ ਗਿਆ ਤੜਕੇ, ਇੱਕ ਵਾਰੀ ਚੜ ਗਏ, ਇੱਕ ਵਾਰੀ ਕੀ ਕਹਿੰਦਾ ਡਾਕਟਰ ਨਹੀਂ ਉਹਨੂੰ ਉਹ ਦਿਖਾ ਦੇਣੀ ਸੀ, ਉਹ ਤਾਂ ਦਿੱਤੀ ਆ, ਉਹ ਤਾਂ ਹੁਣ ਵੀ ਹੋਇਆ ਤੈਨੂੰ ਬੁਖਾਰ ਨੂੰ ਲਵਾਉਣਾ ਬਸ ਨਹੀਂ ਹੁਣ ਡਾਕਟਰ ਕੀ ਕਹਿੰਦਾ ਫਿਰ ਤੜਕੇ ਵੀ ਦਿਖਾ ਕੇ ਜਾਣੀ ਭੂ 100 ਪਹਿਲੀ ਵਾਰੀ ਤਾਪ ਚੜਿਆ ਯਾਰ ਮੈਨੂੰ ਤਾਂ ਲੱਗਦਾ ਨਾ ਇਹਨੂੰ ਦਵਾਈ ਇਹਨੂੰ 2 ਟਾਈਮ ਦਿਓ ਟਕਾ ਕੇ ਫੇਰ ਹੀ ਲੋਟ ਆਊ ਕਿਹਨੂੰ ਕਿਹਨੂੰ ਅਸੀਂ ਟਕਾ ਗਏ ਆ ਹੁਣ ਪਾਪਾ ਤੋਂ ਰਹਿ ਹੁਣ ਹੱਥ ਨਾਲ ਆਏ ਕਾਂਟੇ ਜੇ ਬਣਾਤੇ ਇਲ ਵੀ ਆਪਣੇ ਹੱਥ ਟੇਕੇ ਨਹੀਂ ਰਹਿੰਦੇ ਆ ਵਾਸਤੇ ਬਣ ਰਹੀ ਆ ਬੜੀ ਤਗੜੀ ਰੀਲ ਪਿਛਲੇ ਪਿਛਲੀ ਰੀਲ ਦੇ ਵਿੱਚ ਤਾਂ ਲੈਟਰ ਨਾਲ ਆਈ ਜਿਹਦਾ ਘੱਟ ਵੱਧ ਪੂਰਾ ਕਰਾਵਾ ਜਿੰਨੇ ਪੈ ਲੱਗੇ ਸੀਗੇ ਐਂ ਕੀ ਦੇਖੋ ਚੱਲ ਆ ਜਾ ਸਰਪੰਚ ਸਾਹਿਬ ਦੁਆਰੇ ਆ ਜਾ ਟੇਕ 2 ਆ ਗਏ ਹਾਂ 1 2 3 ਮਜ਼ਾ ਨਿਕਲਦਾ ਮਤਾ ਜਾ ਟੇਕ ਕੇ 1 2 3 ਦਿਲ ਕੋਈ ਦੂਜਿਆਂ ਨੂੰ ਕਹਿ ਦੂਗਾ ਉਹ ਤਾਂ ਮਜ਼ਾ ਆਉਂਦਾ ਮਤਾ ਜਾ ਟੇਕ ਕੀ ਹੈਗਾ ਨਹੀਂ
ਇੱਥੇ ਮੇਰੇ ਕੋਲ ਜੁੱਤੀਆਂ ਪਾਈਆਂ ਜੀ, ਇਹਨੂੰ ਕੋਈ ਲੋੜਵੰਦ ਰਹਿ ਗਿਆ ਤਾਂ ਬਾਕੀ ਸੋਨੂੰ ਕੀ ਤਗੜੇ ਬੰਦੇ ਸੋਨੂੰ ਦੇ ਜਿੰਨੇ ਮਰਜ਼ੀ ਲੋੜ ਹੋਣ ਜੁੱਤੀਆਂ ਦੀ ਘਾਟ ਆ ਤੁਹਾਨੂੰ ਬਈ ਮੇਰੀ ਗੱਲ ਸੁਣੋ ਜਾਇ ਕਰੋ ਚਲੋ ਦੋ ਟੇਕ ਨਹੀਂ ਦੇਖੀ ਜਾਂਦੀ ਆ ਹੁਣ ਦੇਖੀ ਜਾਂਦੀ ਵਲੌਗ ਚ ਸਾਨੂੰ ਕੋਈ ਕਵਰ ਆ 1 2 3 ਦਿਲਪ੍ਰੀਤ ਵੀ ਹੱਸੀ ਜਾਂਦਾ ਸੀ ਗੇਟ ਦਾ ਡੋਰ ਕਲੋਜ਼ਰ ਪਹਿਲਾਂ ਹੀ ਖਰਾਬ ਆ ਕਰਕੀਨਾ ਨੇ ਬਹੁਤ ਲਹੂ ਪੀਤਾ ਇੱਕ ਇੱਧਰ ਲੱਗਾ ਵਾ 1 2 3 ਮੈਨੂੰ ਵੀ ਦਿਖਾ ਲਿਓ ਕੀ ਹੈ ਦਿਖਾ ਲਿਓ ਮੈਨੂੰ ਵੀ ਫਿਲਮ ਮੈਂ ਤਾਂ ਹੀ ਨੀਕਰ ਜੀ ਵਗ ਜੂੰਗਾ ਮੈਂ ਤਾਂ ਪੈਸਿਆਂ ਦਾ ਮਸਲਾ ਨਾ ਫਿਰ ਤੈਨੂੰ ਪਤਾ ਗਰੀਬ ਬੰਦੇ ਦਿਖਾ ਦੇ ਸਵਾ ਚਾਰ ਦਾ ਬਈ ਟਾਈਮ ਜਿਹੜਾ ਹੋ ਚੁੱਕਿਆ ਹੈਗਾ ਤੇ ਦਾਦੂ ਦੇ ਜਾਦੇ ਦੇ ਅੱਜ ਡਾਇਪਰ ਮੁੱਕ ਗਏ ਜੀ ਹੈਨਾ ਤੇ ਡਾਇਪਰ ਮੇਰੇ ਪੁੱਤ ਨੂੰ ਮਿਲੇ ਲੈ ਇਹ ਤਾਂ ਦਾਦੂ ਲੈ ਕੇ ਆਇਆ ਤਾਜੂ ਹੱਥ ਖੇਡਾਂ ਇੱਕ ਲੈ ਗਿਆ ਤੋਤਾ ਬਲੇਟੀ ਦੇਵੇ ਖੁੰਬ ਇਹ ਨਿੰਮ ਦੀ ਹੁੰਦੀ ਆ ਇਹ ਨਿੰਮ ਦੀ ਜਵਾਕ ਜਿਵੇਂ ਟੀਥਰ ਨੀ ਹੁਣ ਟੀਥਰ ਦੇ ਦਿੰਦੇ ਜਵਾਕਾਂ ਨੂੰ ਦੰਦਾਂ ਚ ਉਹ ਕਰਨ ਵਾਸਤੇ ਹੈ ਜਿਵੇਂ ਟੀਥਰ ਨੇ ਹੁਣ ਦੰਦਾਂ ਚ ਕਰਨ ਵਾਸਤੇ ਦੇ ਦਿੰਦੇ ਹੁੰਦੇ ਤੇ ਉਵੇਂ ਉਹ ਆ ਇਹਨੂੰ ਦੇ ਦਿੰਦੇ ਆ ਜਵਾਕ ਤੇ ਦੰਦ ਛੇਤੀ ਕੱਢ ਲੈਂਦਾ ਹਨਾ ਤਾਜੂ ਤਾਜੂ ਵੇਖੀ ਇਹ ਮੂੰਹ ਚ ਪਾਜੂ ਇਹ ਹਾਂ ਇਹ ਨਿੰਮ ਦੀ ਆ ਪੁੱਤ ਨਿੰਮ ਦੀ ਆਪਦੇ ਆਪ ਪਾਇਆ ਕਰੂ ਆਏ ਨੀ ਪਾਉਂਦੀ ਅੱਜ ਥੋੜੀ ਸੈਟਿੰਗ ਘੱਟ ਹੋਈ ਪਈ ਅੱਛਾ ਜੀ ਆਪਾਂ ਵੀ ਯਾਰ ਫਿਲਮ ਦੇਖਣ ਚੱਲ ਗਏ ਆਪਣਾ ਨਾ ਪਤਾ ਚੱਕਰ ਕੀ ਆ ਗੱਲਬਾਤ ਜਾਣ ਨੂੰ ਜੀ ਦਾ ਕਰਦਾ ਗਾ ਪਰ ਚੱਕਰ ਯਾਰ ਉਹ ਵੀ ਨਹੀਂ ਹੁੰਦਾ ਗਾ ਪੈਸਿਆਂ ਦਾ ਤੇ ਚੱਕਰ ਇਹ ਬਣ ਜਾਂਦਾ ਗਾ ਚੱਕਰ ਇਹ ਬਣ ਜਾਂਦਾ ਵੀ ਗੱਲਬਾਤ ਪੈਸਿਆਂ ਦੇ ਟਾਈਮ ਦਾ ਚੱਕਰ ਹੁੰਦਾ ਪੀਤੇ ਵਰਗੇ ਜਾਂਦੇ ਦੁਪਹਿਰੇ ਦੁਪਹਿਰੇ ਮੈਨੂੰ ਐਂ ਹੁੰਦਾ ਮੈਂ ਘੰਟਾ ਰੈਸਟ ਕਰ ਲਾ ਮੈਂ ਤਾਂ 3-4 ਵਜੇ ਪੱਠੇ ਦੱਥੇ ਰਲਾਉਣੇ ਕਰ ਰਹੇ ਹੁੰਦੇ ਹਨਾ
ਸੋ ਇਹ ਚੱਕਰ ਆ। ਇਹ ਆਉਂਦੇ ਮੁੜ ਕੇ 6 ਵਜੇ ਇਹਨਾਂ ਨੇ ਆ ਕੇ ਫਿਰ ਫੋਨ ਚੱਕ ਲੈਣੇ ਹੁੰਦੇ ਆ, ਕੋਈ ਕੰਮ ਨੀ, ਕੋਈ ਵਾਸਤਾ ਨੀ, ਕਿਉਂਕਿ ਇਹਨਾਂ ਦਾ ਕੰਮ ਹੁੰਦਾ ਸਵੇਰੇ ਸਵੇਰੇ, ਮੈਨੂੰ ਆ ਕੇ ਫਿਰ ਪੱਠਿਆਂ ਦਾ ਉਨਾ ਕਰਨਾ ਪੈਂਦਾ। ਦਾਦੂ ਸਾਰੀ ਗੱਲ ਸੁਣੀ ਜਾਂਦੇ ਡੈਡੀ ਕੀ ਗੱਲਾਂ ਕਰੀ, ਤੇ ਹੋਰ ਤਾਂ ਕਰਕੇ ਮੈਂ ਡਰਦਾ ਹੀ ਨੀ ਜਾਂਦਾ ਦਾਦੂ ਤੇ ਨਹੀਂ ਤਾਂ ਅੱਗੇ ਜਿਵੇਂ ਅਸੀਂ ਜਾਂਦੇ ਸੀ ਨਾ ਜੇ ਸ਼ਾਮਾਂ ਨੂੰ ਜਾਣੇ 7-8 ਵਜੇ ਫਿਰ ਤਾਂ ਚਲੋ ਸਾਰੇ ਜਣੇ ਵਗ ਜਾ ਕਰਕੇ, ਤੇ ਫਿਰ ਦੁਪਹਿਰੇ ਮੈਂ ਇਸ ਕਰਕੇ ਘਿਸ ਵੱਟ ਜਾਂਦਾ ਤੇ ਇਹ ਮੈਨੂੰ ਸਾਰੇ ਜਣੇ ਕਹਿ ਦਿੰਦੇ ਆ ਕਿ ਦਿਲ ਖੁਸ਼ ਤੂੰ ਕੰਜੂਸ ਆ, ਮੱਖੀ ਚੂਸ ਆ, ਤੂੰ ਤਾਂ ਨਹੀਂ ਜਾਂਦਾ। ਉਹ ਤਾਂ ਤੇਰੇ ਡੈਡੀ ਨੂੰ ਐਂ ਕਹਿ ਦਿੰਦੇ ਆ ਤੂੰ ਕੰਜੂਸ ਆ ਤਾਂ ਨਹੀਂ ਜਾਂਦਾ ਫਿਲਮ ਦੇਖਣ, ਦੇ ਵਿਆਹ ਕਰਦਾ ਕਰਾਂ ਦੇ ਵਿਆਹ ਉਹਦਾ ਚੱਲ ਚੌੜ ਕਰੀ ਜਾਂਦੇ ਆ ਪਹਿਲਾਂ 1 ਰੁਪਈਏ ਦਿੰਦੀ ਫਿਰ ਦੋਵਾਂ ਦੀ ਕਰਤੀ ਹੁਣ 5 ਦੀ ਕਰਤੀ, 5-7 ਲੱਖ ਦਾ ਕਿਹੜਾ ਫਰਕ ਪੈਜੂ ਜਦ ਤਾਜੂ ਰੀਆਂ ਵਿਆਹ ਹੁਣ ਭੁਲੇਖੇ ਚ ਨਾ ਰਹੇ ਜੀ, ਡਬਲ ਲੱਗਿਆ ਕਰਨਗੇ ਤੂੰ ਉਦੋਂ ਨੂੰ। ਹਾਂ ਪਹਿਲਾਂ 10-10 ਲੱਖ ਚ ਵਿਆਹ ਹੋ ਜਾਂਦੇ ਸੀਗੇ, 5-5 ਲੱਖ ਚ ਵਿਆਹ ਹੋ ਜਾਂਦੇ ਸੀਗੇ, ਇਹ ਤਾਂ ਤੇਰੀ ਗੱਲ ਸਹੀ ਆ। ਪਾਪਾ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਕਿੰਨੇ ਕੁ ਪੈਸੇ ਲੱਗੇ ਸੀਗੇ, ਹਟ ਜਾ ਹੁਣੀ ਪਤਾ ਲੱਗ ਜੂ, 2-2.5 ਲੱਖ ਚ ਕਿੰਨੇ, 30 ਸਾਲਾਂ ਦੀ ਗੱਲ ਹੀ ਆ। ਤੇ ਅੱਜ ਉਹੀ ਜਿਵੇਂ ਉਹ ਇਹ ਜੇ ਵਿਆਹ ਵਧ ਗਿਆ ਕਰਨਾ ਹੋਵੇ 20-30 ਲੱਖ ਰੁਪਇਆ ਲੱਗ ਜਾਂਦਾ, ਮੈਂ ਤੈਨੂੰ ਉਹੀ ਕਹਿਣਾ। ਤੇ ਇਹ ਤੂੰ ਗਾਂਹ ਵੇਖ ਲਾ, ਅੱਜ ਤੋਂ 20-30 ਸਾਲਾਂ ਨੂੰ ਇਹ ਤੂੰ ਮਹਿੰਗਾਈ ਡਬਲ ਹੋਊ ਘਟੂਗੀ ਥੋੜੀ, ਇਹ ਤਾਂ ਗੱਲ ਇਹ ਤੇਰੀ ਗੱਲ ਜਮਾ ਮੈਂ ਸਹੀ ਜਾ ਉਹ ਕਰ ਦਾਂਗਾ ਨੋਟ। ਤਾਜੂ ਕੁੜੀਆਂ ਦਾ ਬਈ ਯਾਰ ਦੇ ਹੀ ਜਾਂਦੀਆਂ ਗਾ, ਦਵਾਵਾਂ ਕੰਮ ਆ ਜਾਂਦੀਆਂ ਕੁੜੀਆਂ ਦਾ, ਪੜਨਾ ਯਾਰ ਜਦੋਂ ਆਪਾਂ ਹਾਂ ਤੇ ਕਈ ਧੀਆਂ ਨੂੰ ਤਾਂ ਐ ਕਹਿ ਦਿੰਦੇ ਆ, ਪੁੱਠਾ ਜਿੱਦਾਂ ਬੋਲਦੇ ਆ ਗੇ ਜਾਂ ਕਹਿ ਦਿੰਦੇ ਕਿਉਂ ਆਉਂਦੀਆਂ ਕਿਉਂ ਵਰਤੀਆਂ ਸਾਡੇ ਘਰੇ, ਸਿਰਫ ਕੀ ਇੱਕ ਸੂਟ ਦੇਣ ਦੇ ਮਾਰੇ ਐਂ ਕਹਿ ਦਿੰਦੇ ਆ ਬਈ ਵੀ ਕੀ ਲੈਣਾ ਉਹਨਾਂ ਦਾ ਨਾ ਆਇਆ ਕਰਨ, ਸਾਡਾ ਕਿਹੜਾ ਇਹਨਾਂ ਬਿਨਾ ਖਿਡਵਾੜਾ ਆੜਾ ਕਿਹੜਾ ਫਲਾਣਾ ਤਮ ਕਰਨਾ। ਯਾਰ ਅਸੀਂ ਬੋਲ ਗਏ ਚੱਲ ਗਏ ਨਾ ਲੜਗੇ ਭੜਗੇ ਕੁਛ ਵੀ ਆ, ਪਰ ਜਿਹੜਾ ਜਿਹਦਾ ਹੱਕ ਬਣਦਾ ਉਹਨੂੰ ਦੇਈਦਾ, ਜਦੋਂ ਕਿਤੇ ਭੂਆ ਆਉਂਦੀ ਉਹਨੂੰ ਉਹਦੇ ਲੀੜੇ ਕੱਪੜੇ ਬਣਾ ਕੇ ਦੇਈਦੇ, ਛੋਟੀ ਆਉਂਦੀ ਛੋਟੀ ਦੇਈਦੇ, ਕਿਉਂਕਿ ਸੀਰਾ ਭੂਆ ਆਉਂਦੀ ਆ ਸੀਰਾ ਭੂਆ ਨੂੰ ਬਣਾ ਕੇ ਦੇਈਦੇ ਹਨਾ, ਉਹ ਜਗਾਂ ਪੀਤੇ ਬੱਬੂ ਵਾਲੀਆਂ ਆਇਆ ਕਰਨ ਉਹਨਾਂ ਨੂੰ ਬਣਾ ਕੇ ਦਿਆ ਕਰਾਂਗੇ, ਜਦੋਂ ਤਾਜੂ ਆਇਆ ਕਰੂਗੀ ਉਦੋਂ ਤਾਜੂ ਨੂੰ ਬਣਾ ਦਿਆ ਕਰਾਂਗੇ ਹਨਾ ਤਾਜੂ। ਇਹਦੇ ਨਾਲ ਉਹ ਰਗੜ ਤੀ ਨਾ ਪਾਪਾ ਇਹਦੇ ਉੱਤੋਂ ਆ ਲਾ ਦੇ ਰੰਗ ਜਾ ਜਿਹੜਾ ਲੱਗਿਆ ਲਾਲ ਜਾ। ਅੱਜ ਕੀ ਬਣਾਉਂਗੇ? ਚੀਜ਼ ਚਿੱਲੀ, ਚੀਜ਼ ਚਿੱਲੀ, ਚੀਜ਼ ਚਿੱਲੀ, ਚੀਜ਼ ਚਿੱਲੀ। ਤਾਜੂ ਦੇ ਵਿਚਾਰੀ ਦੇ ਆਹ ਵੀ ਵਧੀਆ ਹੈਗੇ ਡਾਈਪਰ, ਡਾਈਪਰ ਮੈਂ ਕਿਹਾ ਆਹ ਵੀ ਵਧੀਆ। ਉਹ ਬੱਸ ਕਰ ਮੰਮੀ ਇਹ ਪੈਂਪਰ ਦੇ ਲਿਆਂਦੇ ਆ ਭਾਪੇ ਨੇ, ਹਾਂ ਇਹ ਮਹਿੰਗਾ ਪੈਂਦਾ, ਉਹ 6.5 ਰੁਪਈਆਂ ਦਾ ਪੈਂਦਾ, ਇਹ 10 ਰੁਪਈਆਂ ਦਾ, ਇਹਦਾ ਟਾਈਮ ਪਾਸ ਹੁੰਦਾ ਵਧੀਆ। ਤਾਜੂ ਦੇ ਡਾਈਪਰ ਤਾਂ ਆਰਡਰ ਕਰੇ ਹੋਏ ਆ ਬਈ 2 ਦਿਨ, ਉਹ ਡਾਈਪਰ ਵਾਲੇ ਤਾਂ ਕੱਲ ਦਾ ਦੱਸੀ ਜਾਂਦੇ ਆ ਜਾਣੇ ਸੀ, ਉਹ ਕੱਲੇ ਬਈ ਉਹ ਆਏ ਆ ਜਿਹੜੇ ਉਹ ਨੈਪਕਿਨ ਦੇ ਸਾਫ਼ ਕਰਨ ਵਾਲੇ, ਡਾਈਪਰ ਆਏ ਨੀ, ਅੱਜ ਵੀ ਨੀ ਆਏ, ਹੋ ਸਕਦਾ ਕੱਲ ਨੂੰ ਆਉਣਗੇ। ਤੇ ਆਪਾਂ ਹੁਣ ਆਪਦਾ ਨਹਾ ਧੋ ਕੇ ਬਈ ਅੱਜ ਜਾਣਾ ਆਪਾਂ ਵਾਹ ਸਾਈਕਲ ਲੈ ਕੇ, ਤੇ ਨਹਾਉਣੇ ਧੋਣੇ ਆ ਤੇ ਤਿਆਰ ਹੁੰਦੇ ਆ ਚੱਲਦੇ ਆ। ਸਾਈਕਲ ਆਪਣਾ ਕੱਲ ਜੇਕੀ ਲੈ ਕੇ ਗਿਆ ਵੀ, ਉਹ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਗਏ ਸੀਗੇ ਰਾਈਡ ਤੇ ਸਾਈਕਲਾਂ ਤੇ ਆਪਦਾ,
ਆਪੇ ਉਹਨੂੰ ਹੁਣ ਕਹਿਣਾ ਮੈਨੂੰ ਮੋਟਰਸਾਈਕਲ ਤੇ ਲੈ ਕੇ ਜਾ, ਫਿਰ ਉੱਥੋਂ ਇਕੱਠੇ ਚੱਲ ਜਾਾਂਗੇ ਅੱਗੇ। ਓਕੇ ਬਾਏ ਟਾਟਾ। ਲਾਤਾ ਲਾਤਾ ਤੌਲੀਆ ਤਾਂ ਤੇ ਪਾਇਆ, ਯਾਦ ਮੈਂ ਲਾ ਦੀ। ਅਤੇ ਲਓ ਵੀ ਆਪਣੇ ਘਰ ਤੋਂ ਹੈਗਾ ਗਾ ਜਿਹੜਾ ਐਨ ਐਚ ਫੈਕਟਰੀ ਆਊਟਲੈਟ ਹੈਗਾ ਉਹ 19 ਕਿਲੋਮੀਟਰ ਹੈਗਾ, ਅਤੇ ਅੱਗੇ ਅਸੀਂ ਡੇਲੀ ਅਪ ਡਾਊਨ ਕਰਦੇ ਹਾਂ 20 ਕਿਲੋਮੀਟਰ ਦਾ, ਅਤੇ ਅੱਜ ਆਪਾਂ ਕਰਨ ਲੱਗੇ ਹੈਗੇ 18 ਕਿਲੋਮੀਟਰ ਹੈ ਜੋ ਕਿਲੋ 1.5 ਕਿਲੋਮੀਟਰ ਇੱਥੋਂ ਜੈਂਕੀ ਦਾ ਘਰ ਆ, ਉੱਥੇ ਜਾਣਾ ਗਾ ਜੈਂਕੀ ਤੋਂ ਆਪਣਾ ਸਾਈਕਲ ਫੜਨਾ ਗਾ ਫਿਰ ਅੱਗੇ ਜਾਣਾ ਗਾ। ਅਤੇ ਚਲੋ ਫਿਰ ਕਰਦੇ ਹਾਂ ਸਟਾਰਟ। ਜ਼ੁਕਾਮ ਵੀ ਕਹਿੰਦਾ ਤੇਰਾ ਦੇਣਾ ਹੀ ਕੀ ਆ, ਇੰਨਾ ਕੁ ਨਜਾਇਜ਼ ਹੋਇਆ ਪੈਣਾ, ਅੱਜ ਤਾਂ ਛਿੱਕਾਂ ਨੇ ਲਿਆ ਲਿਆ ਕਿ ਹਨੇਰੀ ਬੰਨੀ ਪਈ ਆ, ਨਾਲੇ ਮੈਂ ਇੰਜੈਕਸ਼ਨ ਵੀ ਲਵਾਇਆ ਆ ਤਾਂ ਵੀ ਨਹੀਂ ਹਟਣ ਦਾ ਨਾਲ ਲੈ ਰਿਹਾ। 5:08 ਬਈ 8 ਮਿੰਟ ਹੋ ਗਿਆ ਅਤੇ ਕਰਤੀ ਆਪਾਂ ਸਟਾਰਟਿੰਗ ਗੋਨਿਆਂ ਮੰਡੀ ਤੋਂ, ਅਤੇ ਦੇਖਦੇ ਹਾਂ ਕਿੰਨੇ ਟਾਈਮ 'ਚ ਪਹੁੰਚਦੇ ਹਾਂ ਆਪਾਂ। ਲਓ ਵੀ ਆ ਗਿਆ ਰੋਜ਼ ਗਾਰਡਨ, ਅਤੇ ਆਪਾਂ ਕ੍ਰੋਸ ਕਰਕੇ ਬਠਿੰਡਾ 26 ਮਿੰਟਾਂ ਦੇ ਵਿੱਚ। ਆਪਾਂ ਤੁਰੇ ਸੀਗੇ 5:10 'ਤੇ 6:07 ਹੋ ਗਿਆ, ਮਤਲਬ ਕਿ ਬੇਜਦੀ ਆਰਾਮਦਾਰੀ ਨਾਲ ਵੀ ਆਏ ਹਾਂ, ਕਿਉਂਕਿ ਆਪਾਂ ਆਏ ਹਾਂ ਪੁਲਾਂ ਵਾਲੇ ਰਾਹ, ਪਲੇਨ ਥਾਣੀ ਨਹੀਂ ਆਏ, ਫਿਰ ਪਲੇਨ 'ਤੇ ਜ਼ੋਰ ਨਹੀਂ ਲੱਗਦਾ, ਨਾਲੇ ਹੰਪ ਆ ਜਾਂਦੇ ਹੌਲੀ ਵਾਲਾ ਕਰਨਾ ਪੈਂਦਾ, ਦੱਬੀ ਤੁਰੇ ਆਏ ਹਾਂ। 57 ਮਿੰਟਾਂ 'ਚ ਪਹੁੰਚ ਗਏ ਹਾਂ, ਹੁਣ ਜਾਵਾਂਗੇ 2 ਘੰਟਿਆਂ 'ਚ, ਪਰ ਹੌਲੀ ਹੌਲੀ ਆਰਾਮ ਦੇ ਨਾਲ ਦਾਮ ਲੈਂਦੇ ਲੈਂਦੇ। ਇੱਕ ਗੇੜਾ ਮੈਂ ਕਿਹਾ ਇੱਧਰ ਦੀ ਕੱਢ ਦੇਈਏ, ਇੱਧਰ ਵੀ ਹਾਜ਼ਰੀ ਲਵਾਈ ਨਹੀਂ, ਬਹੁਤ ਟਾਈਮ ਹੋ ਗਿਆ ਹੈਗਾ। ਫੈਕਟਰੀ ਆਊਟਲੈਟ ਦੇ ਵਿੱਚ ਦੀ ਮਾਹੌਲ ਸ਼ਾਹੌਲ ਦੇਖ ਚੱਲਦੇ ਹਾਂ, ਅਤੇ ਬਸ ਫਿਰ ਪਾਉਣੇ ਆ ਰਵਾਨਗੀ 6:15 ਨੂੰ ਬਈ। ਅਸੀਂ ਤਾਂ ਪੂਰੇ ਮਾਹੌਲ ਬਣਾਇਆ ਪਿਆ ਹੈ ਬਈ, ਬੋਪਰ ਵੀ ਚੱਲ ਪਿਆ, ਝੂਲੇ ਝਾਲੇ ਜਵਾਕਾਂ ਚੱਲਿਆਂ ਵਾਲੇ, ਇੱਧਰ ਵੇ ਫਿਰਦੇ ਨਾ ਯਾਰਾਂ ਦੇ ਸਾਈਕਲ ਘੁੰਮਦੇ। ਆਪਣੇ ਵਾਲਾ ਬਠਿੰਡਾ ਵੀ ਮੈਨੂੰ ਲੱਗਦਾ ਵਾਹਵਾ ਹੀ ਪਿੱਛੇ ਆ ਹੋਰ ਜ਼ਿਲ੍ਹਿਆਂ ਦੇ ਨਾਲੋਂ, ਹੈਂ ਲੋਕਾਂ ਨੇ ਥਾਰਾਂ ਲੈ ਲਿਆ ਪੁਰਾਣੀਆਂ ਕਰਤੀਆਂ ਰੌਕਸ, ਅਜੇ ਇੱਥੇ ਦਿਖਾਈ ਜਾਂਦੇ ਉਹਦੇ ਫੀਚਰ ਦੱਸਣ ਆਏ ਵੇ ਅੱਜ, ਅੱਗੇ ਰੌਕਸ ਥਾਰ ਬਾਹਰ ਕੱਢੀ ਹੈਗੀ। ਅਤੇ ਲਓ ਆਪਣਾ ਕੰਮ ਨਿਬੜ ਕੇ ਰੈਸਟ ਰੁਸਟ ਕਰ ਲਈ, ਹੁਣ ਨਿਕਲ ਗਏ ਪਿੰਡ ਨੂੰ। 7:00 ਬਈ ਅਤੇ ਆਪਾਂ ਖੜੇ ਹਾਂ ਰੋਜ਼ ਗਾਰਡਨ ਵਾਲੇ ਪੁਲ 'ਤੇ, ਕਰਮਵੀਰ ਵੀ ਥੋੜ੍ਹਾ ਜਿਹਾ ਪਿੱਛੇ ਸੀਗਾ, ਬਸ ਉਹ ਵੀ ਆਉਣ ਵਾਲਾ ਗਾ ਇੱਥੇ। ਮੈਂ ਕਿਹਾ ਚਲੋ 5 ਕੁ ਮਿੰਟ ਦਾਮ ਲੈ ਲੈਂਦੇ, ਹਵਾ ਜੀ ਆਉਂਦੀ ਹੈਗੀ। ਮੈਂ ਕਿਹਾ ਬਈ ਨਜ਼ਾਰਾ ਆ ਗਿਆ, ਇੰਨਾ ਸਿਰਾ ਲੱਗਿਆ ਨਾ ਮਾਹੌਲ। ਓਕੇ ਰਿਪੋਰਟਾਂ ਹੈਗਾ ਵਧੀਆ ਹੈਗਾ, ਮਤਲਬ ਪਤਾ ਚੱਕਰ ਕੀ, ਜਦੋਂ ਆਪਾਂ ਮਿਹਨਤ ਜੀ ਕਰਨ ਲੱਗ ਜਾਈਏ ਨਾ ਉਦੋਂ ਥੋੜ੍ਹਾ ਜੀ ਵੀ ਨਹੀਂ ਕਰਦਾ ਹੈਗਾ ਬਈ ਯਾਰ, ਆਲਤੂ ਫਾਲਤੂ ਖਾਣ ਨੂੰ ਤਾਂ ਇੱਥੇ ਬਥੇਰੀਆਂ ਉਹ ਰੇੜੀਆਂ ਲੱਗੀਆਂ ਹੈਗੀਆਂ ਛੱਤੀ ਤੋਂ, ਜਿੱਥੋਂ ਮਰਜ਼ੀ ਖਾ ਜਾਈਏ ਪਰ ਜੀ ਨਹੀਂ ਮੰਨਦਾ। ਮੈਂ ਕਰਮਵੀਰ ਆ ਗਿਆ ਤਾਂ 5 ਕੁ ਮਿੰਟ ਇੱਥੇ ਪਾਣੀ ਪੂਣੀ ਪੀਂਦੇ, ਰੈਸਟ ਕਰਕੇ ਨਿਕਲਦੇ ਹਾਂ ਸਿੱਧਾ। ਘਰੇ ਆਪਾਂ ਪਹੁੰਚ ਗਏ ਹੈਗੇ ਅਤੇ ਨਜ਼ਾਰਾ ਆ ਗਿਆ ਅੱਜ, ਅਸੀਂ ਆਪਾਂ 57 ਮਿੰਟਾਂ 'ਚ ਉੱਥੇ ਪਹੁੰਚ ਗਏ ਸੀਗੇ, ਉਹ ਜਿਹੜਾ ਬਣੇ ਨਹੀਂ ਸ਼ੋਰੂਮ 'ਚ ਆਦੇਸ਼ ਮੈਡੀਕਲ ਮੂਹਰੇ, ਨਜ਼ਾਰਾ ਆ ਗਿਆ। ਲੱਤਾਂ ਤੜਕੇ ਦੱਸਣਗੀਆਂ, ਭੂਆ ਭੂਆ ਕਰਨਗੀਆਂ। ਚਲੋ ਮੰਮੀ ਹੋਰੀਆਂ 'ਚ ਹੁਣ ਧਾਰਾਂ ਚੋਣ ਲੱਗੀਆਂ, ਕਿਉਂਕਿ ਆਪਣੀ ਲੇਟ ਹੀ ਮਿਲਦੀ ਹੈਗੀ 8:30 ਦੇ ਕਰੀਬ। ਬਾਕੀ ਕਰਦੇ ਹਾਂ ਵੀ ਅੱਜ ਦੇ ਵਲੋਗ ਦਾ ਐਂਡ, ਨਹਾਉਣੇ ਧੋਣੇ ਆ ਅਤੇ ਰੋਟੀ ਪਾਣੀ ਛਕਦੇ ਹਾਂ। ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਲਾਈਕ ਕੀਤੇ ਬਿਨਾਂ ਬਿਲਕੁਲ ਨਾ ਜਾਇਓ, ਜਿਹੜੇ ਜਿਹੜੇ ਵੀ ਚੈਨਲ 'ਤੇ ਨਵੇਂ ਜੁੜਿਆ ਕਰ ਲਿਓ ਸਬਸਕ੍ਰਾਈਬ। ਜਿਹੜਾ ਆਪਣਾ ਉਹ ਨਾ ਸੰਗਰੂਰ ਤੋਂ ਸ਼ੈਲੀ, ਹਾਂ, ਅਤੇ ਉਹ ਖੁਸ਼ੀ ਦੁੱਬੇ ਵਾਲੇ ਪਿੰਡ ਤੋਂ ਆ, ਹਾਂ, ਬਾਈ ਨੂੰ ਸਲਾਮ ਹੈ, ਸਤਿ ਸ਼੍ਰੀ ਅਕਾਲ ਜੀ। ਹਾਂ ਵੀ ਖੁਸ਼ੀ ਦੁੱਗਾ ਜਿਹੜਾ ਕਬੱਡੀ ਦਾ ਖਿਡਾਰੀ ਆ, ਬਹੁਤ ਬੈਸਟ ਖਿਡਾਰੀ ਆ, ਹਾਂ, ਮਜ਼ਾ ਯਾਰ ਕਬੱਡੀ ਖੇਡਦੇ ਹੁੰਦੇ ਸੀਗੇ ਜਦੋਂ। ਤੇ ਬਾਕੀ ਬਈ ਕਰਦੇ ਅੱਜ ਦੇ ਵਲੌਗ ਦਾ ਐਂਡ, ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖੀ ਲਾਈਕ ਕੀਤੇ ਬਿਨਾਂ ਬਿਲਕੁਲ ਨਾ ਜਾਓ, ਜਿਹੜੇ ਜਿਹੜੇ ਵੀ ਚੈਨਲ 'ਤੇ ਨਵੇਂ ਜੁੜੇ ਕਰ ਲਿਓ ਸਬਸਕ੍ਰਾਈਬ, ਸੋ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਕਰਿਆ ਕਰੋ, ਦੱਬ ਕੇ ਮਿਲਦਾ ਗੱਲ ਹੋਰ ਨਵੇਂ ਜਿਹੇ ਵਲੌਗ ਨਾਲ। ਟਿਲ ਦਿਨ ਬਾਬਾ, ਟੇਕ ਕੇਅਰ, ਗੁੱਡ ਨਾਈਟ।